ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੱਡੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਹਨ, ਜਿੱਥੇ ਕਾਨੂੰਨ ਨਹੀਂ ਬਦਮਾਸ਼ਾਂ ਦਾ ਰਾਜ ਚੱਲਦਾ ਹੈ, ਜੋ ਕਿ ਇਹ ਤਸਵੀਰਾਂ ਸਾਫ਼ ਤੌਰ 'ਤੇ ਬਿਆਨ ਕਰ ਰਹੀਆਂ ਨੇ। ਇਹ ਸਾਰੀ ਘਟਨਾ ਸ਼੍ਰੀ ਅੰਮ੍ਰਿਤਸਰ ਦੇ ਸ਼ੇਰਾਂ ਵਾਲੇ ਗੇਟ ਦੀ ਹੈ। ਇੱਥੇ ਇੱਕ ਹੋਟਲ ਵਿੱਚ ਕੁਝ ਵਿਅਕਤੀਆਂ ਨੇ ਸ਼ਰੇਆਮ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਆਪਣੇ ਨਾਲ ਅਗਵਾ ਕਰਕੇ ਵੀ ਲੈ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਅਗਵਾ ਹੋਇਆ ਵਿਅਕਤੀ ਦਿਲਬਾਜ ਸਿੰਘ BM ਹੋਟਲ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਨੌਕਰੀ ਛੱਡ ਦਿੱਤੀ ਸੀ। ਹੁਣ ਉਹ ਅੰਗਦ ਹੋਟਲ ਵਿੱਚ ਕੰਮ ਕਰਨ ਲੱਗ ਪਿਆ ਸੀ। ਇਸ ਮੌਕੇ 'ਤੇ ਪੁਰਾਣੇ ਹੋਟਲ ਮਾਲਕਾਂ 'ਤੇ ਉਸਦੇ ਅਗਵਾ ਹੋਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਦਰ ਮੁੰਡੇ ਨੂੰ ਕੁੱਟਿਆ, ਬਹੁਤ ਰੀਝ ਨਾਲ ਕੁੱਟ ਕੇ ਘਸੀਟਦੇ ਹੋਏ ਉਹ ਮੁੰਡੇ ਨੂੰ ਗੱਡੀ ਵਿੱਚ ਫੋਰਚੂਨਰ 'ਚ ਪਾ ਕੇ ਲੈ ਗਿਆ। ਘੰਟਾ ਡੇਢ ਦੋ ਘੰਟੇ ਹੋ ਗਏ, ਹਾਲੇ ਤੱਕ ਮੁੰਡੇ ਦਾ ਕੋਈ ਪਤਾ ਨਹੀਂ ਗਾ। ਫੋਰਚੂਨਰ ਵੀ ਉਹ ਸਾਰੇ ਸਭ ਨਿਕਲੇ ਹੋਏ ਜੀ। ਕੌਣ ਹੈ ਜੀ ਉਹ ਬੰਦੇ? ਸਾਹਮਣੇ ਹੋਟਲ ਵਾਲੇ ਜੀ, BMK ਵਾਲੇ ਹੋਟਲ ਵਾਲੇ ਆ। ਉਹ ਬੰਦੇ ਨੂੰ ਪਤਾ ਨਹੀਂ ਕੀ ਗੱਲ ਹੋਈ ਆ, ਬੰਦੇ ਨੂੰ ਮਾਰਦੇ ਹੋਏ 5-6 ਜਣੇ ਆਏ ਆ। ਪਲੈਨਿੰਗ ਕਰਕੇ ਪ੍ਰੋਪਰ ਆਏ ਆ, ਉਹਨੂੰ ਚੁੱਕੇ ਮਾਰਦੇ ਕੁੱਟਦੇ ਹੋਏ ਲੈ ਕੇ ਗੱਡੀ 'ਚ ਪਾ ਗਏ। ਹਾਲੇ ਤੱਕ ਮੁੰਡੇ ਦਾ ਨਹੀਂ ਕੋਈ ਪਤਾ ਲੱਗਾ, ਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ, ਕੁਛ ਨਹੀਂ ਹੋ ਰਿਹਾ। ਵੀਡੀਓ ਵਾਲੇ ਇਹ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੇ ਪਹਿਲਾਂ ਉੱਧਰ ਕੰਮ ਕਰਦਾ ਸੀ BMK ਹੋਟਲ ਦੇ ਵਿੱਚ, ਬੱਗੇ ਨਾਂ ਦਾ ਵਿਅਕਤੀ। ਪੈਸਿਆਂ ਦਾ ਇਹਨਾਂ ਦਾ ਲੈਣ ਦੇਣ ਸੀ, ਉਹ ਕਹਿੰਦਾ ਪੈਸੇ ਜਿਹੜੇ ਮੈਂ ਘਰੋਂ ਜਾ ਕੇ ਦੇ ਦਿੰਦਾ। ਪੈਸਿਆਂ ਤੋਂ ਇਹਨਾਂ ਦਾ ਥੋੜ੍ਹਾ ਝਗੜਾ ਹੋਇਆ, ਤਾਂ ਕਿ ਮੈਂ ਤਸਦੀਕ ਕਰਦਾ, ਤਸਦੀਕ ਕਰਕੇ ਜੋੜ ਕਰ ਵੀ ਦਿਓ।